ਥੋੜੇ ਘਟਾ ਕੇ ਰੇਟ ਵੀ ਦੇਣੇ ਚਾਹੀਦੇ ਨੇ ਇਹ ਲੈਸ ਪ੍ਰਾਈਸ ਦੇ ਵਿੱਚ ਦਵਾਂਗੇ ਮੈਂ ਤੁਹਾਨੂੰ ਹੋਰ ਸੂਟ ਵਿਖਾਉਣੀ ਆ ਇਸ ਤੋਂ ਅੱਗੇ ਅਸੀਂ ਥੋੜਾ ਲੈਸ ਰੇਟ ਤੇ ਦਵਾਂਗੇ ਤੁਹਾਨੂੰ ਬਹੁਤ ਹੀ ਪਿਆਰਾ ਬਹੁਤ ਸੋਹਣਾ ਵਰਕ ਹੋਇਆ ਫਏਦੇ ਤੇ ਪਰ ਦਿੱਤੇ ਨੰਬਰ ਉੱਪਰ ਕਾਲ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਨਵਾਂ ਹਨਾ ਬਲੌਗ ਲੈ ਕੇ ਆਏ ਆ ਜਿਦੇ ਵਿੱਚ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟ ਦਿਖਾਵਾਂਗੇ ਜਿਹੜੇ ਕਿ ਆਨ ਸਟਿਚ ਨੇ ਕਾਫੀ ਮੇਰੀਆਂ ਭੈਣਾਂ ਦੇ ਮੈਸੇਜ ਆ ਰਹੇ ਸੀ ਵੀ ਸਾਨੂੰ ਆਨ ਸਟਿਚ ਸੂਟ ਦਿਖਾਓ ਜਿਹੜੇ ਕਿ ਤੁਹਾਡੇ ਕੋਲ ਰੈਡੀ ਨਹੀਂ ਹੈ ਜ਼ਿਆਦਾਤਰ ਤਾਂ ਆਪਾਂ ਤੁਹਾਡੀਆਂ ਜਿਹੜੀਆਂ ਤੁਸੀਂ ਫੋਟੋਜ਼ ਭੇਜਦੇ ਹੋ ਆਪਾਂ ਫੋਟੋਆਂ ਤੋਂ ਹੀ ਰੈਡੀ ਕਰਦੇ ਹਾਂ ਜ਼ਿਆਦਾਤਰ ਸੂਟ ਕਿਉਂਕਿ ਉਹਦੇ 'ਚ ਕੀ ਹੋ ਜਾਂਦਾ ਕਲਰ ਦੀ ਕੰਟਰਾਸਟ ਦੀ ਤੇ ਡਿਜ਼ਾਈਨ ਦੀ ਗੱਲ ਹੁੰਦੀ ਹੈ ਜਿਹੜੀ ਉਹ ਤੁਹਾਡੇ ਤੇ ਡਿਪੈਂਡ ਹੋ ਜਾਂਦੀ ਹੈ ਜੋ ਡਿਜ਼ਾਈਨ ਜੋ ਕਲਰ ਤੁਹਾਨੂੰ ਪਸੰਦ ਹੁੰਦਾ ਸੀ ਤੁਹਾਡੀ ਚੁਆਇਸ ਦੇ ਅਕੋਰਡਿੰਗ ਹੀ ਬਣਾ ਕੇ ਭੇਜਦੇ ਹਾਂ ਪਰ ਕਈ ਕਹ ਦਿੰਦੇ ਆ ਵੀ ਹਨਾ ਜੇ ਕੋਈ ਤੁਹਾਡੇ ਸਟਾਕ ਚ ਹੈਗੇ ਆ ਸੂਟ ਜਾਂ ਥੋੜੇ ਬਹੁਤੇ ਲੈਸ ਪ੍ਰਾਈਸ ਤੇ ਸਾਨੂੰ ਮਿਲ ਜਾਣਗੇ ਘੱਟ ਰੇਟ ਤੇ ਵੀ ਉਹ ਵੀ ਤੁਸੀਂ ਮੈਨੂੰ ਸਾਨੂੰ ਦਿਖਾ ਦਿਓ ਹਨਾ ਤੇ ਇਹ ਸਾਰੀਆਂ ਗੱਲਾਂ ਦੇਖਦੇ ਹੋ ਅੱਜ ਸੰਡੇ ਸੀਗਾ ਐਤਵਾਰ ਦਾ ਦਿਨ ਸੀ ਮੈਂ ਸੋਚਿਆ ਵੀ ਚਲੋ ਸਾਰੇ ਹਨਾ ਵਰਕਰ ਨੇ ਜਿਹੜੇ ਕਾਰੀਗਰ ਨੇ ਉਹਨਾਂ ਨੂੰ ਛੁੱਟੀ ਹੈ ਵੀ ਆਪਾਂ ਅੱਜ ਸੰਡੇ ਵਾਲੇ ਦਿਨ ਜਿਹੜੋ ਆ ਸਾਰੇ ਜਿੰਨੇ ਵੀ ਸੂਟ ਇੱਧਰ ਤੁਸੀਂ ਵਿਖਰੇ ਹੋ ਆ ਜਿਹੜੇ ਨੀਚੇ ਪਿਆ ਤੇ ਕਾਊਂਟਰ ਤੇ ਪਿਆ ਉੱਪਰ ਵੀ ਪਿਆ ਅਸੀਂ ਅੱਜ ਐਨੇ ਕ ਸੂਟ ਤੁਹਾਨੂੰ ਦਿਖਾ ਸਕਦੇ ਆ ਘਟੋ ਘਟ 30 40 ਕ ਸੂਟ ਅਸੀਂ ਦੋ ਵੀਡੀਓ ਦੇ ਵਿੱਚ ਦਿਖਾਵਾਂਗੇ ਇੱਕ ਦੋ ਵੀਡੀਓਾਂ ਦੇ ਵਿੱਚ ਤੇ ਇਹ ਸੂਟ ਨੇ ਜਿਹੜੇ ਸਾਰੇ ਅਨ ਸਟਿਚੀ ਦਿਖਾਵਾਂਗੇ ਇਹਨਾਂ ਨੂੰ ਤੁਸੀਂ ਲੈ ਸਕਦੇ ਹੋ ਸਾਡੇ ਤੋਂ ਤੇ ਸਟਿਚ ਵੀ ਕਰਵਾ ਸਕਦੇ ਹੋ ਤੇ ਇਹਨਾਂ ਦੇ ਜਿਹੜੇ ਪ੍ਰਾਈਸ ਨੇ ਤੁਸੀਂ ਸਾਨੂੰ ਵਟਸਐਪ ਤੇ ਪੁੱਛ ਸਕਦੇ ਹੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਹ ਉਹਦੇ ਉੱਪਰ ਤੁਸੀਂ ਸਾਡੇ ਤੋਂ ਜਿਹੜਾ ਵੀ ਸੂਟ ਤੁਹਾਨੂੰ ਚਾਹੀਦਾ ਉਹ ਉਦਾ ਪ੍ਰਾਈਸ ਤੁਸੀਂ ਪੁੱਛ ਸਕਦੇ ਹੋ ਤੇ ਜਿਹੜੇ ਮੈਂ ਤੁਹਾਨੂੰ ਉਹਨਾ ਸੂਟ ਆ ਜਿਹੜਾ ਕਿ ਦਿਖਾ ਸਕਦੀਆਂ ਖੋਲ ਕੇ ਵਾਰੀ ਵਾਰੀ ਨਾਲ ਵੀ ਸੂਟ ਨੇ ਜਿਹੜੇ ਉਹ ਕਿਸ ਸਟਾਈਲ ਚ ਤੇ ਕਿਵੇਂ-ਕਿਵੇਂ ਬਣੇ ਹੋਏ ਨੇ ਕਾਫੀ ਇਹ ਸੋਨੇ ਸੂਟ ਨੇ ਜ਼ਿਆਦਾਤਰ ਪਿਓਰ ਕਰੇਵ ਦੇ ਉੱਪਰ ਤੇ ਵਧੀਆ ਪਾਰਟੀ ਵੇਅਰ ਸਟਫਾਂ ਦੇ ਉੱਪਰ ਹੀ ਸਟਫ ਦੇ ਉੱਪਰ ਹੀ ਬਣੇ ਹੋਏ ਸੂਟ ਨੇ ਆਪਾਂ ਇਹ ਵਾਲਾ ਵੀ ਸੂਟ ਤੁਹਾਨੂੰ ਦਿਖਾਵਾਂਗੇ ਜਿੰਨੇ ਵੀ ਸੂਟ ਨੇ ਸਾਰੇ ਹੀ ਤੁਹਾਨੂੰ ਇੱਕ-ਇੱਕ ਕਰਕੇ ਆਪਾਂ ਦਿਖਾਵਾਂਗੇ ਵੀਡੀਓ ਨੂੰ ਚੱਲਦੇ-ਚੱਲਦੇ ਸ਼ੇਅਰ ਕਰ ਦਿਓ ਤਾਂ ਕਿ ਨਾ ਜਿਹੜੇ ਸੂਟ ਨੇ ਵੀ ਆਪਾਂ ਦੇਖ ਸਕੀਏ ਜੇ ਤੁਹਾਨੂੰ ਲੋੜ ਆ ਤਾਂ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ ਵੀ ਇਹ ਵਾਲੇ ਸੂਟ ਸਾਡੇ ਲਈ ਰੱਖ ਦੋ ਅਸੀਂ ਤੁਹਾਡੇ ਲਈ ਰੱਖ ਦਵਾਂਗੇ ਹਾਂਜੀ ਚਲੋ ਵੇਖਦੇ ਆਂ ਆਪਾਂ ਇਹ ਵਾਲਾ ਸੂਟ ਇਹ ਵਾਲਾ ਸੂਟ ਵੀ ਬਹੁਤ ਸੋਹਣਾ ਏਦੀ ਸ਼ਾਇ ਇਹਦੀ ਅਸੀਂ ਵੀਡੀਓ ਵੀ ਤੇ ਇੰਸਟਾਗ੍ਰam ਪੇਜ ਤੇ ਫਤਿਹ ਬੁਟੀਕ ਬਰੁੱਖਾਂ ਵਾਲੇ ਤੇ ਪਾਈ ਹੋਈ ਆ ਉੱਤੇ ਤੁਸੀਂ ਇਹਦੀ ਵੀਡੀਓ ਵੀ ਚੈੱਕ ਕਰ ਸਕਦੇ ਹੋ ਇਹ ਬਹੁਤ ਪਿਆਰਾ ਪਿਆਰੀ ਲੁੱਕ ਦੇ ਵਿੱਚ ਬਣਿਆ ਹੋਇਆ ਸੂਟ ਹੈ ਬਹੁਤ ਹੀ ਜ਼ਿਆਦਾ ਸੂਣਾ ਇਹਨਾਂ ਨੂੰ ਮੈਂ ਚੇਅਰ ਦੇ ਉੱਪਰ ਹੀ ਰੱਖ ਦੰਨੀ ਆ ਕਿਉਂਕਿ ਥੋੜਾ ਦੇਖਣ 'ਚ ਵੀ ਦਿੱਕਤ ਆ ਰਹੀ ਹੈਗੀ ਤੇ ਆ ਦੇਖੋ ਤੁਸੀਂ ਸੂਟ ਤੇ ਨੀਚੇ ਦੀ ਸਲਵਾਰ ਆ ਜਿਹੜੀ ਉਹ ਆਪਾਂ ਚੱਕ ਲਈਏ ਇੱਕ ਵਾਰ ਤੁਸੀਂ ਥੋੜਾ ਜਿਹਾ ਕਲੀਅਰ ਹੋ ਕੇ ਹੀ ਵੇਖਿਓ ਸੂਟ ਇਹਦਾ ਨੱਕ ਆ ਜਿਹੜਾ ਚੋਰਸ ਬਣਿਆ ਹੋਇਆਗਾ ਤੇ ਇਹ ਦੇਖੋ ਫਰੰਟ ਤੇ ਮੋਰਨੀ ਆ ਬਹੁਤ ਹੀ ਸੋਹਣਾ ਹੈਂਡਵਰਕ ਹੋਇਆ ਹੋਇਆ ਇਹਦੀ ਐਂਡ ਦੇਖੋ ਬੈਕ ਵੀ ਮੈਂ ਤੁਹਾਨੂੰ ਦਿਖਾਉਂਗੀ ਇਹਦਾ ਬੈਕ ਪੀਸ ਆ ਜਿਹੜਾ ਇਹਦਾ ਬੈਕ ਪੀਸ ਜਿਹੜਾ ਉਹਦੇ ਉੱਪਰ ਵੀ ਜਿਹੜੀ ਕਿ ਇਹ ਮੋਰਨੀ ਆ ਇਹ ਬੈਕ ਆ ਜੀ ਸ਼ਰਟ ਦਾ ਇਹ ਫਰੰਟ ਸੀਗਾ ਇਹ ਫਰੰਟ ਫਰੰਟ ਐਂਡ ਬੈਕ ਦੋਨੋਂ ਤੇ ਹੀ ਜਿਹੜੇ ਵਰਕ ਆ ਵਰਕ ਹੋਇਆ ਹੋਇਆਗਾ ਦੋਨੋਂ ਪੀਸ ਬਹੁਤ ਸੋਹਣੇ ਨੇ ਫਰੰਟ ਐਂਡ ਬੈਕ ਦੋਨੋਂ ਦਾ ਹੀ ਵਰਕ ਬਹੁਤ ਪਿਆਰਾਗਾ ਐਂਡ ਇਹਦਾ ਜਿਹੜਾ ਕੰਟਰਾਸਟ ਹੈ ਉਹ ਵੀ ਬਹੁਤ ਸੋਹਣਾ ਬਨਾਰਸੀ ਜਿਹੜੀ ਆਪਾਂ ਕਹਿ ਦਿੰਨੇ ਆ ਬਨਾਰਸੀ ਦੀ ਆਪਣੀ ਸਲਵਾਰ ਆ ਤੇ ਬ੍ਰੌਕਟ ਚ ਵਰਕ ਇਹਦੇ ਨਾਲ ਜਿਹੜਾ ਦੁਪੱਟਾ ਉਹ 3 ਸ਼ੇਡ ਦਾ ਜੀ ਇਹ ਵਾਲਾ ਸ਼ੇਡ ਜਿਹੜਾ ਵਰਕ ਦੇ ਵਿੱਚ ਲੱਗਿਆ ਹੋਇਆ ਇਹ ਵਾਲਾ ਸ਼ੇਡ ਆ ਜਿਹੜਾ ਦੁਪੱਟੇ ਦੇ ਵਿੱਚ ਆ ਇਹ ਵਾਲਾ ਸ਼ੇਡ ਆ ਜਿਹੜਾ ਆਪਾਂ ਨੇ ਸਲਵਾਰ ਦੇ ਵਿੱਚ ਲਗਾਇਆ ਇਹ 3 ਸ਼ੇਡ ਦਾ ਦੁਪੱਟਾ ਦਾ ਟਾਈ ਐਂਡ ਡਾਈ ਵੀ ਤਰ੍ਹਾਂ ਆਪਾਂ ਨੇ ਡੈਕੋਰੇਟ ਕੀਤਾ ਜਿਹੜਾ ਕਿ ਦੇਖੋ ਬਹੁਤ ਸੋਹਣਾ ਲੱਗਦਾ ਬਹੁਤ ਹੀ ਪ੍ਰੀਟੀ ਲੁੱਕ ਦਾ ਸੂਟ ਹੈ ਬਹੁਤ ਹੀ ਜ਼ਿਆਦਾ ਸੋਹਣਾ ਤੇ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਹਨਾ ਇਹ ਸੂਟ ਕਿਸੇ ਹੋਰ ਕਲਰ ਤੇ ਵੀ ਬਣਵਾ ਸਕਦੇ ਹੋ ਜੇ ਤੁਸੀਂ ਹੋਰ ਕਲਰ ਤੇ ਬਣਾਉਣਾ ਜੇ ਤੁਸੀਂ ਸਾਡੇ ਤੋਂ ਇਹ ਵਾਲਾ ਲੈਣਾ ਹੈ ਇਹ ਅਸੀਂ ਥੋੜਾ ਲੈਸ ਰੇਟ ਤੇ ਦਵਾਂਗੇ ਤੁਹਾਨੂੰ ਮਤਲਬ ਕਿ ਰੇਟ ਘਟਾ ਕੇ ਦੇਵਾਂਗੇ ਅੱਜ ਸਪੈਸ਼ਲੀ ਸੰਡੇ ਕਰਕੇ ਅਸੀਂ ਸੋਚਿਆ ਵੀ ਚਲੋ ਸਾਰਿਆਂ ਨੂੰ ਹੈ ਨਾ ਕਈ ਵਾਰ ਥੋੜਾ ਘਟਾ ਕੇ ਰੇਟ ਵੀ ਦੇਣੇ ਚਾਹੀਦੇ ਨੇ ਇਹ ਲੈਸ ਪ੍ਰਾਈਸ ਦੇ ਵਿੱਚ ਦਵਾਂਗੇ ਚਲੋ ਜੀ ਇਹ ਇੱਕ ਸੂਟ ਕੰਪਲੀਟ ਹੋ ਚੁੱਕਿਆ ਮੈਂ ਤੁਹਾਨੂੰ ਨੈਕਸਟ ਸੂਟ ਜਿਹੜਾ ਉਹ ਵੀ ਦਿਖਾਉਣੀ ਆ ਹੁਣੇ ਹੁਣੇ ਇਹ ਵਾਲਾ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣਾ ਪੀਕਾਕ ਸ਼ੇਰ ਦਾ ਸੂਟ ਹੈ ਇਹ ਵੀ ਟੋਟਲੀ ਹੈਂਡ ਮੇਡ ਆ ਜੀ ਬਹੁਤ ਹੀ ਪਿਆਰਾ ਬਹੁਤ ਸੋਹਣਾ ਵਰਕ ਹੋਇਆ ਹੋਇਆ ਇਹਦੇ ਤੇ ਇਹ ਵੀ ਆਪਣੇ ਕਾਰੀਗਰਾਂ ਨੇ ਬਣਾਇਆ ਤੇ ਬਹੁਤ ਫਿਨਿਸ਼ਿੰਗ ਦੇ ਨਾਲ ਬਣਿਆ ਹੋਇਆ ਕੰਮ ਹੈ ਸਾਰਾ ਆਪਣੇ ਕਾਰੀਗਰ ਨੇ ਜਿਹੜੇ ਉਹ ਖੁਦ ਹੀ ਬਣਾਉਂਦੇ ਆ ਸਾਰਾ ਕੰਮ ਬਹੁਤ ਸੋਹਣਾ ਹੋਇਆ ਹੋਇਆ ਜੀ ਤੁਸੀਂ ਦੇਖ ਰਹੇ ਹੋਗੇ ਇਹਨੂੰ ਵਰਕ ਨੂੰ ਇਹ ਦੇਖੋ ਤੁਸੀਂ ਵਰਕ ਜਿਹੜਾ ਕਿ ਬਹੁਤ ਹੀ ਸੋਹਣਾ ਬਣਿਆ ਹੋਇਆ ਹੈਗਾ ਸਾਰਾ ਨੈੱਕ ਦਾ ਵਰਕ ਬਹੁਤ ਸੋਹਣਾ ਦਬਕੇ ਦਾ ਕੰਮ ਆ ਜਾਲ ਸਾਰੇ ਸੂਟ ਦੇ ਵਿੱਚ ਬਣਿਆ ਹੋਇਆ ਦੇਖੋ ਇਹ ਜਾਲ ਆ ਜਿਹੜਾ ਸਾਰਾ ਬਹੁਤ ਪਿਆਰਾ ਬਣਿਆ ਹੋਇਆ ਜੀ ਇਹਦੇ ਨਾਲ ਦੁਪੱਟਾ ਵੀ ਚੁਣੌਣ ਦਾਗਾ ਤੇ 슬ੀਵਜ਼ ਦੇ ਉੱਪਰ ਵੀ ਦੇਖੋ ਬਹੁਤ ਸੋਹਣਾ ਵਰਕ ਆ ਇਹ ਬਾਵਾ ਨੇ ਜੀ ਦੇਖੋ ਬਾਵਾ ਦਾ ਵਰਕ ਦੇਖੋ ਤੁਸੀਂ ਪੂਰੀ ਹੈਵੀ ਲੁੱਕ ਦੇ ਵਿੱਚ 슬ੀਵਜ਼ ਵਿੱਚ ਵਰਕ ਦੁਪੱਟਾ ਜਿਹੜਾ ਉਹ ਵੀ ਚੁਣੌਣ ਦਾਗਾ ਚੁਣੌਣ ਦੇ ਦੁਪੱਟੇ ਉਤੇ ਲਾਈਨਸ ਲਾ ਕੇ ਕੋਟੇ ਲਾ ਕੇ ਆਪਾਂ ਇਹਨੂੰ ਫਿਨਿਸ਼ ਕੀਤਾ ਹੋਇਆ ਇਹ ਵੀ ਬਹੁਤ ਸੋਹਣੇ ਲੁੱਕ ਦੇ ਵਿੱਚ ਰੈਡੀ ਹੋਇਆ ਸੂਟ ਤੇ ਤੁਸੀਂ ਇਹਨੂੰ ਵੀ ਕਿਸੇ ਵੀ ਕਲਰ ਤੇ ਬਣਵਾਉਣਾ ਹੋਏ ਹੋਰ ਕਲਰ ਤੇ ਵੀ ਬਣਵਾ ਦਾਂਗੇ ਬਾਕੀ ਸਾਡੇ ਕੋਲ ਸਿੰਗਲ ਸਿੰਗਲ ਪੀਸ ਨੇ ਜੀ ਸਾਰੇ ਵੀ ਜੇ ਤੁਸੀਂ ਕਹਿ ਦਿਓ ਇਹਦੇ ਵਿੱਚ ਹੋਰ ਕਲਰ ਨਹੀਂ ਹੈਗਾ ਸਿੰਗਲ ਸਿੰਗਲ ਪੀਸ ਨਹੀਂ ਸਿੰਗਲ ਸਿੰਗਲ ਕਰਕੇ ਅਸੀਂ ਨੇ ਇਹਨਾਂ ਨੂੰ ਥੋੜਾ ਲੈਸ ਪ੍ਰਾਈਸ ਦੇ ਵਿੱਚ ਦੇਣਾ ਆ ਦੇਣ ਦਾ ਸੋਚਿਆਗਾ ਵੀ ਲੈਸ ਕਰਾਂਗੇ ਆਪਾਂ ਸਾਰੇ ਸੂਟ ਇੱਕ ਇੱਕ ਸੂਟ ਹੈ ਜੀ ਕੋਈ ਵੀ ਸੂਟ ਹੈ ਜੇ ਆਪਾਂ ਕਹਦੇ ਦੋ ਦੋ ਨਹੀਂ ਦੋ ਦੋ ਕੋਈ ਸੂਟ ਨਹੀਂ ਕਲਰ ਵੀ ਸਾਰਿਆਂ ਚ ਇੱਕ ਇੱਕ ਮਿਲੂਗਾ ਇਹ ਵੀ ਪਰਪਲ ਸ਼ੇਡ ਦਾ ਸੂਟ ਹੈ ਹੈਂਡਵਰਕ ਬਹੁਤ ਹੀ ਸੋਹਣਾ ਹੋਇਆ ਹੋਇਆ ਤੁਸੀਂ ਦੇਖ ਲਵੋ ਇਹ ਵੀ ਸ਼ਿਲਕ ਦੇ ਉੱਪਰ ਬਣਿਆ ਹੋਇਆ ਹੈਗਾ ਕਿਉਂਕਿ ਪੈਕਿੰਗ ਦੇ ਵਿੱਚੋਂ ਕਈ ਵਾਰ ਪੈਕਿੰਗ ਦੀਆਂ ਲਾਈਨਸ ਹੁੰਦੀਆਂ ਨੇ ਨਾ ਬਣੀ ਹੋਈਆਂ ਪਰ ਇਹ ਵਰਕ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਰਾ ਸ਼ੀਸ਼ੇ ਦਾ ਵਰਕ ਹੈ ਬਹੁਤ ਸੋਹਣੇ ਕਲਰ ਕਲਰ ਵੀ ਕੰਟਰਾਸਟ ਵੀ ਬਹੁਤ ਪਿਆਰਾ ਹੈ ਐਂਡ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ ਨੀਚੇ ਵਾਲੀ ਕਢਾਈ ਤੁਸੀਂ ਦੇਖ ਰਹੇ ਹੋ ਕਢਾਈ ਬਹੁਤ ਸੋਹਣੀ ਹੋਈ ਵੀ ਆ ਘੇਰੇ ਤੇ ਆ ਇਹ ਆ ਉੱਪਰ ਨੂੰ ਦੋ ਕਲੀਆਂ ਜਾ ਰਹੀਆਂ ਨੇ ਹੈਂਡਵਰਕ ਆ ਤੇ ਦੁਪੱਟਾ ਜਿਹੜਾ ਕਿ ਦੁਪੱਟਾ ਵੀ ਤੁਸੀਂ ਵੇਖ ਲਵੋ ਦੁਪੱਟੇ ਦੇ ਵਿੱਚ ਜਿਹੜੀ ਕਿ ਬੁਟੀ ਆ ਉਹ ਬਣੀ ਹੋਈ ਆ ਇਹ ਵਾਲੀ ਸਾਰੇ ਦੁਪੱਟੇ ਦੇ ਵਿੱਚ ਬੁਟੀ ਬਣੀ ਆ ਗੋਟਾ ਵੀ ਨਾਲ ਲਾ ਕੇ ਇਹਨੂੰ ਗੋਟੇ ਦੇ ਨਾਲ ਫਿਨਿਸ਼ ਕੀਤਾ ਹੋਇਆ ਦੁਪੱਟੇ ਨੂੰ ਇਹ ਵੀ ਬਹੁਤ ਹੀ ਘੱਟ ਰੇਟ ਦੇ ਵਿੱਚ ਅਸੀਂ ਤੁਹਾਨੂੰ ਦਵਾਂਗੇ ਤੇ ਮੈਂ ਤੁਹਾਨੂੰ ਹੋਰ ਸੂਟ ਵਿਖਾਉਣੀ ਆ ਇਸ ਤੋਂ ਅੱਗੇ ਜਿਹੜਾ ਕਿ ਸੂਟ ਹੈ ਸਾਡੇ ਕੋਲ ਕਰੀਮ ਸ਼ੇਡ ਦਾ ਇਹਦੀ ਬਹੁਤ ਸੋਹਣਾ ਸੂਟ ਹੈ ਕ੍ਰੀਮ ਕਲਰ ਦੇ ਵਿੱਚ ਕ੍ਰੀਮ ਰੰਗ ਦਾ ਸੂਟ ਹੈ ਜਿਹੜਾ ਤੇ ਬਹੁਤ ਹੀ ਪਿਆਰਾ ਬਹੁਤ ਸੋਹਣਾ ਲੁੱਕ ਦੇ ਵਿੱਚ ਰੈਡੀ ਹੋਇਆ ਹੋਇਆ ਇਹਦੇ ਨਾਲ ਦੁਪੱਟਾ ਦੁਪੱਟੇ ਜਿਹੜਿਆ ਨਾਲ ਨਹੀਂ ਹੈ ਕਿ ਤੁਸੀਂ ਟਾਈ ਡਾਈ ਲਵਾਉਣਾ ਜਾਂ ਤੁਸੀਂ ਨੇ ਦੁਪੱਟਾ ਰੈੱਡ ਕਲਰ ਦਾ ਲਾਉਣਾ ਸਕਿਨ ਕਲਰ ਦਾ ਲਾਉਣਾ ਜਾਂ ਸਕਿਨ ਐਂਡ ਰੈੱਡ ਦੋਨੋਂ ਸ਼ੇਡ ਦਾ ਲਾਉਣਾ ਮਹਰੂਨ ਰੈੱਡ ਤੇ ਉਹ ਵੀ ਅਸੀਂ ਲਾਵਾਂਗੇ ਦੁਪੱਟਾ ਜਿਹੜਾ ਤੁਹਾਨੂੰ ਚਾਹੀਦਾ ਹੋਊ ਅਸੀਂ ਉਹੀ ਸ਼ੇਡ ਦਾ ਦੁਪੱਟਾ ਲਾ ਕੇ ਤੁਹਾਨੂੰ ਦਵਾਂਗੇ ਕਾਈ ਐਂਡ ਆਈ ਵੀ ਤੇ ਦੂਸਰਾ ਵੀ ਹਾਂਜੀ ਤੇ ਮੈਂ ਤੁਹਾਨੂੰ ਇਹ ਵੀਡੀਓ ਕਾਫੀ ਲੰਬੀ ਹੋਗੀ ਤੇ ਆ ਇੱਕ ਨੈਕਸਟ ਵੀਡੀਓ ਹੋਰ ਬਣਾਵਾਂਗੇ ਉਹਦੇ ਵਿੱਚ ਵੀ ਤੁਹਾਨੂੰ ਸੂਟ ਦਿਖਾਵਾਂਗੇ ਤੇ ਵੀਡੀਓ ਨੂੰ ਵੀ ਜ਼ਰੂਰ ਵੇਖੋ ਤੇ ਸੂਟਾਂ ਨੂੰ ਲੈਣ ਲਈ ਤੁਸੀਂ ਸਾਡੇ ਦੇ ਉੱਪਰ ਦਿੱਤੇ ਨੰਬਰ ਉੱਪਰ ਕਾਲ ਕਰ ਸਕਦੇ ਹੋ ਸਾਨੂੰ ਰੇਟ ਪੁੱਛ ਸਕਦੇ ਹੋ ਸਿੰਗਲ ਸਿੰਗਲ ਸੂਟ ਨੇ ਤੇ ਤੁਹਾਨੂੰ ਵਾਰੀ-ਵਾਰੀ ਦੱਸ ਰਹੀ ਹਾਂ ਸਾਰੀ ਆਪਾਂ ਬਹੁਤ ਹੀ ਘੱਟ ਪ੍ਰਾਈਸ ਦੇ ਉੱਪਰ ਦੇ ਰਿਹਾ ਇਹ ਨਹੀਂ ਹੈਗਾ ਵੀ ਘੱਟ ਪ੍ਰਾਈਸ ਤੇ ਦੇ ਰਿਆਂ ਵੀ ਕਪੜਾ ਮਾੜਾ ਹੈਗਾ ਨਹੀਂ ਕਪੜਾ ਕੋਈ ਮਾੜਾ ਨਹੀਂ ਲਾਇਆ ਕਪੜਾ ਉਹੀ ਹੈ ਵਧੀਆ ਵਾਲੀ ਜਿਹੜੀ ਕਰੇਵਾ ਕਰੇਵ ਦੇ ਉੱਪਰ ਤਿਆਰ ਹੋਏ ਹੋਏ ਸੂਟ ਨੇ ਇਹ ਆਪਾਂ ਬੁਟੀਕ ਦੇ ਵਿੱਚ ਪਹਿਲਾਂ ਰੈਡੀ ਕਰੇ ਸੀ ਕਾਫੀ ਸੂਟ ਤੇ ਕਿਉਂਕਿ ਹੁਣ ਕਾਫੀ ਮੇਰੀਆਂ ਭੈਣਾਂ ਆਉਂਦੀਆਂ ਨੇ ਜਿਹੜੀਆਂ ਫੋਟੋਆਂ ਨੂੰ ਦੇਖ ਕੇ ਸਾਨੂੰ ਆਰਡਰ ਕਰਦੀਆਂ ਨੇ ਉਹਦੇ ਕਰਕੇ ਕੀ ਹੁੰਦਾ ਫਿਰ ਜਿਹੜੇ ਸਟਾਕ 'ਚ ਸੂਟ ਹੁੰਦੇ ਆ ਉਹ ਕਈ ਵਾਰ ਰਹਿ ਵੀ ਜਾਂਦੇ ਆਗੇ ਆਪਣੇ ਕੋਲ ਤੇਜੀ ਵਾਸਤੇ ਆਪਾਂ ਇੰਨੀ ਕਹਿੰਦੇ ਹੋਏ ਤੁਹਾਨੂੰ ਅ ਦੱਸ ਰਹੇ ਹਾਂਗੇ ਸਤਿ ਸ਼੍ਰੀ ਅਕਾਲ ਜੀ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਹੋ ਧੰਨਵਾਦ